ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼, ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਬੱਬੂ ਮਾਨ ਇੱਕ ਅਜਿਹੇ ਗਾਇਕ, ਸੰਗੀਤਕਾਰ ਤੇ ਅਦਾਕਾਰ ਹਨ ਜੋ ਆਪਣੀ ਬਾ ਕਮਾਲ ਗਾਇਕੀ ਕਰਕੇ ਜਾਣੇ ਜਾਂਦੇ ਹਨ ਤੇ ਉਹਨਾਂ ਦੇ ਲੱਖਾਂ ਫੈਨਸ ਵੀ ਹਨ। ਜਿੱਥੇ ਵੀ ਉਹਨਾਂ ਦਾ ਲਾਈਵ ਸ਼ੋਅ ਹੋਣਾ ਹੋਵੇ ਉੱਥੇ ਉਹਨਾਂ ਨੂੰ ਦੇਖਣ ਵਾਲੇ ਫੈਨਸ ਦਾ ਹੜ ਆ ਜਾਂਦਾ ਤੇ ਅਜਿਹਾ ਹੀ ਹੋਇਆ ਪਿਛਲੇ ਦਿਨੀ ਉਹਨਾਂ ਦੇ ਬਠਿੰਡਾ ਪਹੁੰਚਣ ਤੇ। ਤੁਸੀਂ ਵੀ ਦੇਖੋ ਪੂਰੀ ਵੀਡੀਓ। ਮੈਂ ਕਈ ਵਾਰੀ ਬੰਦਾ ਗੌਰਮੈਂਟ ਸਕੂਲ ਚਲੇ ਜਾਂਦਾ ਤਾਂ ਪੰਜਾਬੀ ਹੁੰਦੀ ਨਹੀਂ, ਬੋਲ ਤਾਂ ਲੈਂਦਾ ਲਿਖਣੀ ਨਹੀਂ ਆਉਂਦੀ। ਸੋ ਇਹ ਸਵੈ ਗਿੱਧਾ ਇਸ ਨੌਜਵਾਨ ਨੇ ਸ਼ੁਰੂ ਕਰਿਆ। ਇਹ ਗਿੱਧਾ ਕੋਈ ਵਪਾਰ ਨਹੀਂ, ਰੋਟੀ ਤਾਂ ਪਿੰਡੋਂ ਆ ਜਾਂਦੀ ਹੈ, ਉਹਦਾ ਤਾਂ ਸਰੀ ਜਾਂਦਾ, ਦਾਲਾਂ ਵੀ ਆ ਜਾਂਦੀਆਂ। ਇਹਨੂੰ ਦੇਖ ਕੇ ਕੋਸ਼ਿਸ਼ ਕਰਿਓ ਕਿਉਂਕਿ ਇਸ ਪ੍ਰੋਡਕਟ ਲਈ ਬਹੁਤ ਜ਼ਿਆਦਾ ਇਨਵੈਸਟਮੈਂਟ ਦੀ ਲੋੜ ਪਈ। ਜਿੰਨੇ ਕਿ ਤੁਸੀਂ ਸਿਨਮੇ 'ਚ ਖਾ ਜਾਣੇ ਅੱਜ ਮਹਿਬੂਬਾ ਨਾਲ ਘੁੰਮ ਕੇ ਫਿਲਮ ਫੁਲਮ ਖਾ ਕੇ, ਅਤੇ ਜੇ 7 ਫਿਲਮਾਂ ਦੇ ਪੈਸੇ ਜੋੜ ਲਏ ਤਾਂ ਵਪਾਰ ਸ਼ੁਰੂ ਹੋ ਜੂਗਾ ਤੁਹਾਡੇ। ਸੋ ਮੈਂ ਦੁਆ ਕਰਦਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਧਰਨੇ ਨਾ ਲਾਉਣੇ ਪੈਣ ਨੌਕਰੀ ਖਾਤਰ। ਸਰਕਾਰੀ ਨੌਕਰੀ ਦਾ ਵੀ ਵਹਿਮ ਹੈ, ਅਸਲ 'ਚ ਪੱਖੇ ਥੱਲੇ ਬੈਠਣਾ ਅਤੇ ਕੰਮ ਘੱਟ ਕਰਨਾ ਇਹੀ ਕੰਮ ਹੈ, ਤਾਂ ਹੀ ਸ਼ਾਇਦ ਅਸੀਂ ਭੱਜਦੇ ਹਾਂ। ਪਰ ਨਿੱਜੀ ਜ਼ਿੰਦਗੀ ਜੇ ਆਪਾਂ ਕੰਮ ਕਰਦੇ ਹਾਂ ਤਾਂ ਜ਼ਿਆਦਾ ਪੈਸੇ ਅਰਨ ਕਰ ਸਕਦੇ ਹਾਂ। ਸੋ ਕੋਸ਼ਿਸ਼ ਕਰਿਓ, ਮੈਂ ਨਹੀਂ ਕਹਿੰਦਾ ਕਿ ਮੈਂ ਹੀ ਕੰਮ ਸ਼ੁਰੂ ਕਰਿਆ, ਤੁਸੀਂ ਵੀ ਕਿਸੇ ਨੂੰ ਰੁਜ਼ਗਾਰ ਦੇ ਸਕਦੇ ਹੋ। ਜ਼ਰੂਰੀ ਨਹੀਂ ਮੈਂ ਹੀ ਕਰਦਾ, ਸਾਰੀ ਆਪਾਂ ਰਲ ਕੇ ਕਰਦੇ ਹਾਂ। ਇਹ ਜਿਹੜਾ ਬ੍ਰਾਂਡ ਹੈ ਤੁਸੀਂ ਬ੍ਰਾਂਡ ਕਹਿ ਦਿੰਦੇ ਹੋ, ਜਿੱਦੇ ਪੈਰਾਂ 'ਤੇ ਹੋ ਗਿਆ ਸਾਲ 2 ਸਾਲ 'ਚ। ਜੇਕਰ ਤੁਹਾਨੂੰ ਵੀ ਬੱਬੂ ਮਾਨ ਦੇ ਗੀਤ ਵਧੀਆ ਲੱਗਦੇ ਹਨ ਤਾਂ ਇਸ ਵੀਡੀਓ ਵਿੱਚ ਕਮੈਂਟ ਕਰ ਬੱਬੂ ਮਾਨ ਜਿੰਦਾਬਾਦ ਜ਼ਰੂਰ ਲਿਖਣਾ। ਇਸ ਦੇ ਨਾਲ ਇਸ ਤਰ੍ਹਾਂ ਦੀਆਂ ਹਰ ਨਵੀਆਂ ਵੀਡੀਓਜ਼ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ।